ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 12ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ, ਤੇ ਉਹਦੇ ਵਿੱਚ ਪੋਇਟਰੀ ਸੈਕਸ਼ਨ ਪਹਿਲੀ ਪੋਇਮ ਜੋ ਕਿ ਹੈਗੀ ਆ ਪ੍ਰੇਅਰ ਆਫ ਦ ਵੁਡਸ, ਤੇ ਇਹ ਜਿਹੜੀ ਪੋਇਮ ਹੈਗੀ ਹੈ ਕਿਹਨੇ ਲਿਖੀ ਹੈ ਨਹੀਂ ਦੱਸਿਆ ਗਿਆ, ਯਾਨੀ ਇਹ ਇਸ ਪੋਇਮ ਦੇ ਜਿਹੜੇ ਪੋਇਟ ਹੈਗੇ ਨੇ ਉਹ ਅੰਗਰੇਜ਼ੀ ਵਿੱਚ ਕਿਹਾ ਜਾ ਸਕਦਾ ਹੈ ਐਨੋਨਿਮਸ ਹੈਗੇ ਨੇ। ਤੇ ਅੱਜ ਆਪਾਂ ਇਸ ਪੋਇਮ ਨੂੰ ਸਮਝਾਂਗੇ, ਪਰ ਪੋਇਮ ਨੂੰ ਸਮਝਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਗਿਆਨ ਜਾਂ ਇੰਟਰੋਡਕਸ਼ਨ ਤੁਸੀਂ ਕਹਿ ਸਕਦੇ ਹੋ ਇਸ ਬਾਰੇ ਦੇਣਾ ਚਾਹੁੰਦੀ ਹਾਂ। ਤੇ ਸ਼ੁਰੂ ਕਰਦੇ ਹਾਂ। ਇਹ ਜਿਹੜੀ ਕਵਿਤਾ ਹੈਗੀ ਹੈ ਯਾਨੀ ਦ ਪ੍ਰੇਅਰ ਆਫ ਦ ਵੁਡਸ, ਇਹ ਉੱਤਰੀ ਅਮਰੀਕਾ ਦੇ ਜੰਗਲਾਂ ਦੇ ਰਸਤੇ ਦੇ ਪ੍ਰਵੇਸ਼ ਦੁਆਰ ਤੇ ਸਾਈਨ ਪੋਸਟਾਂ ਤੇ ਲਿਖੀ ਹੋਈ ਹੈ। ਹਾਲਾਂਕਿ ਕਵੀ ਦੀ ਜਿਹੜੀ ਪਛਾਣ ਹੈਗੀ ਹੈ ਉਹ ਨਹੀਂ ਦੱਸੀ ਗਈ ਵੀ ਇਹ ਕਵਿਤਾ ਕਿਹਨੇ ਲਿਖੀ ਹੈ, ਤਾਂ ਹੀ ਇਸ ਲਈ ਇਸ ਨੂੰ ਆਪਾਂ ਕਹਿ ਸਕਦੇ ਹਾਂ ਐਨੋਨਿਮਸ ਪੋਇਟਰੀ। ਤੇ ਲੈਜੈਂਡਸ ਦੇ ਹਿਸਾਬ ਦੇ ਨਾਲ ਦ ਪ੍ਰੇਅਰ ਆਫ ਦ ਵਰਡਸ ਜਿਹੜੀ ਹੈਗੀ ਹੈ ਉਹ ਇੱਕ ਇੰਗਲਿਸ਼ ਟ੍ਰਾਂਸਲੇਸ਼ਨ ਹੈਗੀ ਹੈ, ਇਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ। ਇਹ ਓਰਿਜਨਲੀ ਇੱਕ ਪੋਰਚੁਗੀਜ਼ ਪੋਇਟਰੀ ਸੀਗੀ, ਠੀਕ ਹੈ। ਤੇ ਓਰਿਜਨਲੀ ਇਹਦਾ ਨਾਂ ਸੀ ਆਓ ਵਿਅਨ ਦੰਤ, ਇਹ ਨਾਮ ਸੀ ਇਹਦਾ ਪੋਰਚੁਗੀਜ਼ ਦੇ ਵਿੱਚ। ਤੇ ਫਿਰ ਇਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਸੀ, ਜਿਹਦਾ ਰਫ ਟ੍ਰਾਂਸਲੇਸ਼ਨ ਆਪਾਂ ਕਹਿ ਸਕਦੇ ਹਾਂ ਟੂ ਵਨ ਹੂ ਗੋਜ਼ ਬਾਏ, ਟੂ ਵਨ ਹੂ ਗੋਜ਼ ਬਾਏ ਯਾਨੀ ਉਸ ਰਸਤੇ ਨੂੰ ਕ੍ਰੋਸ ਕਰਦਾ ਹੈ, ਜਾਂ ਟੂ ਦ ਵਨ ਹੂ ਜਰਨੀਜ਼ ਥਰੂ ਦਿਸ ਰੀਜਨ, ਜੋ ਇਸ ਰੀਜਨ ਤੋਂ ਨਿਕਲਦਾ ਹੈ। ਤੇ ਜਿਹੜੀ ਪੋਰਚੁਗੀਜ਼ ਦੀ ਪੋਇਟਰੀ ਸੀਗੀ ਇਹ ਆਪਾਂ ਇਹ ਕਹਿ ਸਕਦੇ ਹਾਂ ਇਹ ਇੱਕ ਸਟੋਨ ਤੇ ਲਿਖੀ ਗਈ ਸੀ। ਕਿਹਦੀ ਦੀਵਾਰਾਂ ਤੇ? ਕੈਸਟੇਲੋ ਦ ਸੇਂਟ ਐਸ ਜਾਰਜ, ਜੋ ਕਿ ਇੱਕ ਕੈਸਲ ਹੈਗੀ ਆ ਕਿਹੜੀ ਥਾਂ ਦੇ ਵਿੱਚ? ਇਨ ਲਿਸਬਨ, ਜੋ ਕਿ ਪੋਰਚੁਗਲ ਦੀ ਕੈਪੀਟਲ ਸਿਟੀ ਹੈਗੀ ਹੈ, ਠੀਕ ਹੈ, ਇਹ ਗੱਲ ਯਾਦ ਰੱਖਿਓ। ਤੇ ਉੱਥੇ ਇਹ ਪੱਥਰ ਤੇ ਲਿਖੀ ਗਈ ਸੀ ਇਹ ਵਾਲੀ ਜਿਹੜੀ ਕਵਿਤਾ ਹੈਗੀ ਹੈ। ਹੁਣ ਤੁਹਾਨੂੰ ਪੋਇਟ ਦੇ ਬਾਰੇ ਮੈਂ ਦੱਸ ਦਿੱਤਾ ਹੈ ਵੀ ਇਹ ਪੋਇਟ ਦੇ ਜਿਹੜੇ ਆ ਇਸ ਪੋਇਮ ਦੇ ਜਿਹੜੇ ਕਵੀ ਹੈਗੇ ਨੇ ਉਹਨਾਂ ਬਾਰੇ ਸਾਨੂੰ ਪਤਾ ਨਹੀਂ, ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਇਹ ਪੋਇਮ ਜਿਹੜੀ ਹੈ ਐਨੋਨਿਮਸ ਪੋਇਟ ਦੁਆਰਾ ਲਿਖੀ ਗਈ ਹੈ। ਹੁਣ ਗੱਲ ਕਰਦੇ ਹਾਂ ਇਸ ਪੋਇਮ ਦੀ ਜਿਹੜੀ ਥੀਮ ਹੈਗੀ ਹੈ, ਬਹੁਤ ਜ਼ਰੂਰੀ ਹੈਗੀ ਹੈ, ਉਹ ਪੁੱਛਿਆ ਜਾਂਦਾ ਹੈ, ਤੇ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦੀ ਹਾਂ। ਇਸ ਕਵਿਤਾ ਵਿੱਚ ਲੇਖਕ ਆਪਣੇ ਆਪ ਨੂੰ ਇੱਕ ਰੁੱਖ ਦੇ ਰੂਪ ਵਿੱਚ ਕਲਪਨਾ ਕਰਦਾ ਹੈ। ਬਹੁਤ ਸਾਰੇ ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਰੁੱਖ ਹੁੰਦੇ ਨੇ ਜੋ ਗਰੋ ਕਰਦੇ ਨੇ ਇੱਕ ਜੰਗਲ ਦੇ ਰਸਤੇ ਦੇ ਵਿੱਚ, ਤੇ ਅਕਸਰ ਉਹਨਾਂ ਨੂੰ ਵੱਢ ਦਿੱਤਾ ਜਾਂਦਾ ਹੈ ਨਾ। ਜੰਗਲ ਦੇ ਵਿੱਚ ਜਦ ਆਪਾਂ ਜਾਂਦੇ ਹਾਂ ਬਹੁਤ ਸਾਰੇ ਰੁੱਖ ਦੇਖਦੇ ਹਾਂ, ਤੇ ਕਵੀ ਉਹਨਾਂ ਨੂੰ ਹੀ ਮਤਲਬ ਇਮੇਜਿਨ ਕਰਦਾ ਵੀ ਮੈਂ ਵੀ ਇੱਕ ਰੁੱਖ ਹੈਗਾ ਜੋ ਇੰਨੇ ਸਾਰੇ ਜਿਵੇਂ ਰਸਤੇ ਦੇ ਵਿੱਚ ਲੱਗੇ ਹੁੰਦੇ ਨੇ ਜੰਗਲ ਦੇ, ਤੇ ਲਾਈਕਲੀਹੁਡ ਹੁੰਦਾ ਹੈ ਵੀ ਉਹਨੂੰ ਕੱਟੇ ਜਾਣਗੇ, ਠੀਕ ਹੈ। ਤੇ ਨਤੀਜੇ ਵਜੋਂ ਜਿਸ ਵਾਤਾਵਰਣ ਵਿੱਚ ਇਹ ਪ੍ਰਫੁੱਲਤ ਹੁੰਦਾ ਹੈ, ਖਿੜਦਾ ਹੈ ਜਾਂ ਰਹਿੰਦਾ ਹੈਗਾ ਉਹ ਇਸਦਾ ਕੁਦਰਤੀ ਘਰ ਹੈ, ਪਰ ਇਹ ਇੱਕ ਰਿਸਕੀ ਸਿਚੁਏਸ਼ਨ ਵੀ ਹੈ। ਉਹ ਘਰ ਵੀ ਹੈਗਾ ਜਿੱਥੇ ਉੱਗ ਰਿਹਾ, ਠੀਕ ਹੈ, ਪਲ ਰਿਹਾ, ਪਰ ਇਹ ਇੱਕ ਰਿਸਕੀ ਸਿਚੁਏਸ਼ਨ ਵੀ ਹੈਗੀ ਹੈ ਇਹਦੇ ਲਈ, ਕਿਉਂਕਿ ਇੱਥੇ ਇਹਨੇ ਕੱਟੇ ਵੀ ਜਾਣਾ। ਤੇ ਕਹਿ ਸਕਦੇ ਹਾਂ ਇਹ ਸਮੁੱਚੀ ਕਵਿਤਾ ਮਨੁੱਖ ਜਾਤੀ ਮਨੁੱਖੀ ਜਿਹੜੀ ਜਾਤੀ ਹੈਗੀ ਆ ਮਨੁੱਖ ਜਾਤੀ ਨੂੰ ਵਾਤਾਵਰਣ ਦੀ ਰਾਖੀ ਲਈ ਬੇਨਤੀ ਹੈ ਕਿ ਕੋਈ ਵੀ ਰੁੱਖ ਨਾ ਕੱਟਿਆ ਜਾਏ, ਠੀਕ ਹੈ ਜੀ।
ਹੁਣ ਆਪਾਂ ਸ਼ੁਰੂ ਕਰਦੇ ਹਾਂ ਪੋਇਮ ਨੂੰ ਪੜ੍ਹਨਾ ਤੇ ਔਖੇ ਵਰਡ ਮੀਨਿੰਗਸ ਜਿਹੜੇ ਹੈਗੇ ਆ ਉਹ ਵੀ ਆਪਾਂ ਨਾਲ ਦੀ ਨਾਲ ਸਮਝਾਂਗੇ। ਸਭ ਤੋਂ ਪਹਿਲਾ ਜਿਹੜਾ ਸਟੈਂਜ਼ਾ ਹੈਗਾ ਉਹ ਆਪਾਂ ਇੱਥੋਂ ਲੈ ਕੇ ਇੱਥੇ ਤੱਕ ਲੈਂਦੇ ਹਾਂ ਫਰਸਟ ਸਟੈਂਜ਼ਾ, ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਈ ਐਮ ਦ ਹੀਟ ਆਫ ਯੋਰ ਹਾਰਥ ਔਨ ਦ ਕੋਲਡ ਵਿੰਟਰ ਨਾਈਟਸ। ਇੱਥੇ ਹਾਰਥ ਦਾ ਮਤਲਬ ਕੀ ਹੁੰਦਾ? ਉਹ ਵਾਲੀ ਥਾਂ ਜਿੱਥੇ ਫਰਸ਼ ਦੇ ਉੱਤੇ ਅੱਗ ਨਹੀਂ ਪਾਲੀ ਜਾਂਦੀ ਜਾਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਹਾਰਥ। ਤੇ ਇੱਥੇ ਇਹੀ ਕਿਹਾ ਗਿਆ ਕਿ ਆਈ ਐਮ ਦ ਹੀਟ ਆਫ ਯੋਰ ਹਾਰਥ ਔਨ ਦ ਕੋਲਡ ਵਿੰਟਰ ਨਾਈਟਸ, ਦ ਫਰੈਂਡਲੀ ਸ਼ੇਡ ਸਕਰੀਨਿੰਗ ਯੂ ਫਰੋਮ ਦ ਸਮਰ ਸਨ ਐਂਡ ਮਾਈ ਫਰੂਟਸ ਆਰ ਰਿਫਰੈਸ਼ਿੰਗ ਡਰਾਫਟਸ ਕੁਐਂਚਿੰਗ ਯੋਰ ਥਰਸਟ ਐਜ਼ ਯੂ ਜਰਨੀ ਔਨ। ਤੇ ਇੱਥੇ ਇਸ ਵਰਡ ਨੂੰ ਕਹਿੰਦੇ ਆ ਡਰਾਫਟਸ। ਡਰਾਫਟ ਦਾ ਮਤਲਬ ਹੁੰਦਾ ਤੁਸੀਂ ਇਹ ਕਹਿ ਸਕਦੇ ਹੋ ਕੰਟੀਨਿਊਸਲੀ ਜਦ ਕੋਈ ਪਾਣੀ ਜਿਹੜਾ ਹੈਗਾ ਉਹ ਕੋਈ ਪੀ ਰਿਹਾ ਹੁੰਦਾ ਨਾ, ਲਿਕੁਇਡ ਸਵੈਲੋ ਕਰ ਰਿਹਾ ਹੁੰਦਾ, ਉਹਨੂੰ ਆਪਾਂ ਡਰਾਫਟਸ ਕਹਿੰਦੇ ਆ। ਇੱਥੇ ਕੁਐਂਚਿੰਗ ਦਾ ਮਤਲਬ ਹੁੰਦਾ ਤੁਸੀਂ ਇੱਦਾਂ ਪਾਣੀ ਪੀਂਦੇ ਹੋ ਕਿ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਿਆਸ ਹੈਗੀ ਹੈ ਉਹ ਇੱਕ ਤਰੀਕੇ ਦੇ ਨਾਲ ਬੁਝ ਜਾਂਦੀ ਹੈ, ਉਹਨੂੰ ਆਪਾਂ ਕਹਿੰਦੇ ਆ ਕੁਐਂਚ ਕਰਨਾ, ਪਿਆਸ ਨੂੰ ਬੁਝਾ ਦੇਣਾ। ਤਾਂ ਚਲੋ ਇਸ ਸਟੈਂਜ਼ਾ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਉਹਨੂੰ ਆਪਾਂ ਇੱਕ ਵਾਰ ਸਮਝ ਲੈਂਦੇ ਹਾਂ। ਇੱਥੇ ਦੱਸਿਆ ਗਿਆ ਦਰਖਤ ਜਿਹੜੇ ਹੈਗੇ ਨੇ ਉਹ ਇਹਨਾਂ ਸਟੈਂਜ਼ਾਸ ਦੇ ਵਿੱਚ, ਯਾਨੀ ਪੇੜ ਜਿਹੜੇ ਨੇ ਉਹ ਇਹਨਾਂ ਸਟੈਂਜ਼ਾਸ ਦੇ ਵਿੱਚ ਯਾਤਰੀਆਂ ਨੂੰ ਦੱਸਦਾ ਹੈ ਕਿ ਉਹ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਲੌਗਸ ਦਿੰਦਾ। ਲੌਗਸ ਕੀ ਹੁੰਦੇ ਨੇ? ਲੱਕੜ ਦੇ ਬੜੇ ਬੜੇ ਟੁਕੜੇ ਜਿਹੜੇ ਹੈਗੇ ਨੇ ਉਹ ਦਿੰਦਾ, ਲੱਕੜ ਦਿੰਦਾ ਇਨਸਾਨਾਂ ਨੂੰ, ਜੋ ਅਸੀਂ ਮਨੁੱਖ ਆਪਣੇ ਘਰਾਂ ਨੂੰ ਠੰਡੀ ਸਰਦੀਆਂ ਨੂੰ ਰਾਤ ਨੂੰ ਗਰਮ ਰੱਖਣ ਲਈ ਆਪਣੇ ਹਾਰਟ ਦੇ ਵਿੱਚ ਸਾੜਦੇ ਹਾਂ, ਜਿੱਥੇ ਅੱਗ ਬਾਲੀ ਜਾਂਦੀ ਹੈ ਨਾ ਉੱਥੇ ਉਹਨੂੰ ਬਾੜਦੇ ਹਾਂ, ਜਿਹਨੂੰ ਆਪਾਂ ਫਾਇਰ ਪਲੇਸ ਵੀ ਕਹਿ ਸਕਦੇ ਹਾਂ, ਹੈ ਨਾ। ਉਹੀ ਲੱਕੜ ਸਾਨੂੰ ਜੰਗਲਾਂ ਤੋਂ ਮਿਲਦੀ ਹੈ ਤੇ ਦਰਖਤ ਉਹਦੀ ਹੀ ਗੱਲ ਕਰ ਰਿਹਾ। ਤੇ ਉਸ ਤੋਂ ਬਾਅਦ ਇਹ ਦਰਖਤ ਗਰਮੀਆਂ ਦੌਰਾਨ ਮਨੁੱਖਾਂ ਨੂੰ ਬਲਦੀ ਗਰਮੀ ਤੋਂ ਬਚਾਉਣ ਲਈ ਆਪਣੇ ਹੇਠਾਂ ਛਾਂ ਵੀ ਪ੍ਰਦਾਨ ਕਰਨ ਦਾ ਦਾਵਾ ਵੀ ਕਰਦਾ ਹੈ। ਅਜਿਹੀ ਹਾਲਤ ਵਿੱਚ ਰੁੱਖ ਹੀ ਸਾਡਾ ਇੱਕੋ ਇੱਕ ਸਾਥੀ ਬਣਦਾ ਹੈ। ਜਿਉਂ ਜਿਉਂ ਉਹ ਆਪਣਾ ਸਫ਼ਰ ਜਾਰੀ ਰੱਖਦੇ ਹਨ ਉਹਨਾਂ ਨੂੰ ਥਕਾਵਟ ਕਾਰਨ ਪਿਆਸ ਵੀ ਮਹਿਸੂਸ ਹੁੰਦੀ ਯਾਤਰੀਆਂ ਨੂੰ। ਅਜਿਹੇ ਸਮੇਂ ਦੌਰਾਨ ਰੁੱਖ ਤੇ ਲੱਗੇ ਫਲ ਹੀ ਪਿਆਸ ਬੁਝਾ ਸਕਦੇ ਨੇ ਉਹਨਾਂ ਦੀ। ਸਾਡੀ ਪਿਆਸ ਉਹਨਾਂ ਫਲਾਂ ਦੇ ਰਸ ਨਾਲ ਹੀ ਬੁਝ ਜਾਂਦੀ ਹੈ। ਠੀਕ ਹੈ ਜੀ, ਅੱਗੇ ਹੈਗਾ ਜੀ ਸੈਕਿੰਡ ਸਟੈਂਜ਼ਾ, ਇੱਥੋਂ ਲੈ ਕੇ ਇੱਥੇ ਤੱਕ ਇਹ ਸੈਕਿੰਡ ਸਟੈਂਜ਼ਾ ਹੈਗਾ, ਇਹਨੂੰ ਵੀ ਪੜ੍ਹ ਲੈਂਦੇ ਹਾਂ। ਆਈ ਐਮ ਦ ਬੀਮ ਦੈਟ ਹੋਲਡਸ ਯੋਰ ਹਾਊਸ, ਦ ਬੋਰਡ ਆਫ ਯੋਰ ਟੇਬਲ, ਦ ਬੈਡ ਔਨ ਵਿਚ ਯੂ ਲਾਏ ਐਂਡ ਦ ਟਿੰਬਰ ਦੈਟ ਬਿਲਟ ਯੋਰ ਬੋਟ। ਇੱਥੇ ਫਿਰ ਦਰਖਤ ਜਿਹੜੇ ਨੇ ਉਹ ਸਾਨੂੰ ਕੁਛ ਗੱਲਾਂ ਦੱਸ ਰਹੇ ਨੇ, ਤੇ ਇੱਥੇ ਇਹ ਗੱਲਾਂ ਦੱਸੀਆਂ ਜਾ ਰਹੀਆਂ ਨੇ। ਰੁੱਖ ਇਸ ਸਟੈਂਜ਼ਾ ਵਿੱਚ ਇਹ ਸਾਨੂੰ ਦੱਸ ਰਹੇ ਨੇ ਵੀ ਉਹ ਮਨੁੱਖਾਂ ਲਈ ਆਪਾਂ ਇਹ ਕਹਿ ਸਕਦੇ ਹਾਂ ਬਿਲਡਿੰਗ ਮਟੀਰੀਅਲ ਜਿਹੜਾ ਹੈਗਾ ਉਸਦੀ ਪੇਸ਼ਕਸ਼ ਵੀ ਕਰਦੇ ਨੇ। ਬਿਲਡਿੰਗ ਤਿਆਰ ਕਰਨ ਦੇ ਲਈ ਜੋ ਸਮਾਨ ਚਾਹੀਦਾ ਹੁੰਦਾ, ਘਰ ਬਣਾਉਣ ਲਈ ਜੋ ਸਮਾਨ ਚਾਹੀਦਾ ਹੁੰਦਾ, ਉਹ ਵੀ ਸਾਨੂੰ ਪ੍ਰੋਵਾਈਡ ਕਰਦੇ ਨੇ। ਉਹਦੀ ਗੱਲਬਾਤ ਕੀਤੀ ਗਈ ਹੈ ਵੀ ਦਰਖਤ ਸਾਨੂੰ ਉਹ ਲੱਕੜ ਪ੍ਰਦਾਨ ਕਰਦੇ ਹਨ ਜਿਨ੍ਹਾਂ ਦੀ ਸਾਨੂੰ ਬੀਮ ਬਣਾਉਣ ਲਈ ਘਰ ਦੀ ਇੱਕ ਤਰੀਕੇ ਨਾਲ ਜਿਹੜੀ ਛੱਤ ਹੁੰਦੀ ਹੈ ਜਿਹਦੇ ਤੇ ਆਪਾਂ ਇਹ ਕਹਿ ਸਕਦੇ ਹਾਂ ਘਰ ਜਿਹੜਾ ਹੈ ਉਹ ਸੁਰੱਖਿਅਤ ਰਹਿੰਦਾ, ਉਹ ਜਿਹੜਾ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਬੀਮ। ਠੀਕ ਹੈ, ਤੁਸੀਂ ਅਕਸਰ ਦੇਖਿਆ ਹੋਣਾ ਜਦ ਘਰ ਬਣ ਰਹੇ ਹੁੰਦੇ ਨੇ ਤਾਂ ਇੱਦਾਂ ਕਰਕੇ ਲੱਕੜਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਅਲੱਗ ਅਲੱਗ ਡਾਇਰੈਕਸ਼ਨਸ ਦੇ ਵਿੱਚ,
ਇੰਜੀਨੀਅਰਿੰਗ ਜਿਹੜੀ ਹੈਗੀ ਉਸ ਹਿਸਾਬ ਨੂੰ ਧਿਆਨ ਵਿੱਚ ਰੱਖਦੇ ਹੋਏ, ਕੰਸਟਰਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਤਾਂ ਕਿ ਜਿਹੜਾ ਲੋਡ ਹੈਗਾ ਹੈ ਨਾ ਉਹ ਡਿਸਟ੍ਰੀਬਿਊਟ ਹੋ ਜੇ, ਭਾਰ ਜਿਹੜਾ ਉਹ ਡਿਸਟ੍ਰੀਬਿਊਟ ਹੋ ਜੇ ਬਰਾਬਰ ਤਰੀਕੇ ਦੇ ਨਾਲ ਪੂਰੇ ਘਰ ਦੇ ਵਿੱਚ, ਤਾਂ ਉਹ ਬੀਮ ਪਾਈ ਜਾਂਦੀ ਹੈ। ਤੇ ਜਿਹੜੇ ਲੱਕੜ ਹੁੰਦੀ ਹੈ ਜਾਂ ਸਟੀਲ ਯੂਜ਼ ਹੁੰਦੀ ਹੈ ਉਹਦੇ ਵਿੱਚ, ਉਹ ਵੀ ਸਾਨੂੰ ਦਰਖਤਾਂ ਤੋਂ ਹੀ ਮਿਲਦੀ ਹੈ। ਇਹ ਦਰਖਤ ਸਾਨੂੰ ਕਹਿ ਰਹੇ ਨੇ ਵੀ ਬੀਮ ਜਿਹੜੀ ਹੈਗੀ ਹੈ ਉਹ ਵੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ, ਜੋ ਸਾਡੀਆਂ ਛੱਤਾਂ ਅਤੇ ਫਰਸ਼ਾਂ ਦਾ ਸਮਰਥਨ ਕਰਦੀਆਂ ਹੈਗੀਆਂ ਨੇ। ਤੇ ਨਾਲ ਦੇ ਨਾਲ ਜਿਹੜੇ ਸਾਡੇ ਬੋਰਡ ਹੈਗੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਅੰਗਰੇਜ਼ੀ ਦੇ ਵਿੱਚ ਪਲੈਂਕਸ ਜਿਹੜੇ ਹੈਗੇ ਨੇ, ਜੋ ਆਪਾਂ ਯੂਜ਼ ਕਰਦੇ ਹਾਂ ਟੇਬਲ ਬਣਾਉਣ ਦੇ ਵਿੱਚ, ਮੇਜ ਬਣਾਉਣ ਦੇ ਵਿੱਚ, ਠੀਕ ਹੈ, ਜਿਨ੍ਹਾਂ ਉੱਤੇ ਅਸੀਂ ਆਪਣਾ ਭੋਜਨ ਸਟੋਰ ਕਰਦੇ ਹਾਂ, ਇਸੇ ਤਰ੍ਹਾਂ ਲੱਕੜ ਦੇ ਬਣੇ ਹੁੰਦੇ ਹਨ। ਜਿਸ ਬਿਸਤਰੇ ਤੇ ਅਸੀਂ ਸੌਂਦੇ ਹਾਂ ਉਹਨਾਂ ਦੀ ਨੀਂਹ ਵੀ ਲੱਕੜ ਦੀ ਹੁੰਦੀ ਹੈ। ਜੇਕਰ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਲੋੜ ਹੁੰਦੀ ਹੈ ਤਾਂ ਸਾਨੂੰ ਕਿਸ਼ਤੀਆਂ ਦੀ ਲੋੜ ਪੈਂਦੀ ਹੈ, ਅਤੇ ਇਹਨਾਂ ਕਿਸ਼ਤੀਆਂ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਲੱਕੜ ਵੀ ਸਾਨੂੰ ਕਿੱਥੋਂ ਮਿਲਦੀ ਹੈ? ਉਹ ਵੀ ਸਾਨੂੰ ਦਰਖਤਾਂ ਤੋਂ ਹੀ ਮਿਲਦੀ ਹੈਗੀ ਹੈ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਦੇ ਹਾਂ ਥਰਡ ਸਟੈਂਜ਼ਾ ਦੀ, ਜੋ ਇੱਥੋਂ ਲੈ ਕੇ ਇੱਥੇ ਤੱਕ ਮੈਂ ਵੰਡਿਆ ਹੋਇਆ। ਤੀਜਾ ਸਟੈਂਜ਼ਾ ਮੈਂ ਪੜ੍ਹ ਕੇ ਦੱਸ ਦਿੰਦੀ ਹਾਂ। ਆਈ ਐਮ ਦਾ ਹੈਂਡਲ ਆਫ ਯੋਰ ਹੋ। ਹੁਣ ਹੋ ਕੀ ਹੁੰਦਾ ਹੈ? ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਜਿਵੇਂ ਘਾਹ ਦੇ ਵਿੱਚੋਂ ਕੋਈ ਐਕਸਟਰਾ ਚੀਜ਼ ਜਦ ਆਪਾਂ ਕੱਢਣੀ ਹੁੰਦੀ ਹੈ ਨਾ, ਤਾਂ ਆਪਾਂ ਹੋ ਦੀ ਯੂਜ਼ ਕਰਦੇ ਹਾਂ। ਪੰਜਾਬੀ ਵਿੱਚ ਤੁਸੀਂ ਕਹਿ ਸਕਦੇ ਇੱਕ ਤਰੀਕੇ ਨਾਲ ਖੁਰਪਾ ਹੋ ਗਿਆ, ਇੱਦਾਂ ਸਟਿੱਕ ਹੁੰਦੀ ਹੈ ਤੇ ਅੱਗੋਂ ਤਿੱਖਾ ਜਿਹਾ ਹੁੰਦਾ, ਬਲੇਡ ਜਿਹਾ ਹੁੰਦਾ, ਜਿਹੜਾ ਘਾਹ ਸਾਨੂੰ ਨਹੀਂ ਚਾਹੀਦਾ ਹੁੰਦਾ ਉਹਨੂੰ ਪੱਟਣ ਦੇ ਲਈ ਯੂਜ਼ ਕੀਤਾ ਜਾਂਦਾ। ਤੇ ਇੱਥੇ ਕਿਹਾ ਗਿਆ ਸਾਨੂੰ, ਆਈ ਐਮ ਦ ਹੈਂਡਲ ਆਫ ਯੋਰ ਹੋ, ਦ ਡੋਰ ਆਫ ਯੋਰ ਹੋਮ ਸਟੈਡ, ਦ ਵੁੱਡ ਆਫ ਯੋਰ ਕ੍ਰੇਡਲ ਐਂਡ ਦ ਸ਼ੈਲ ਆਫ ਯੋਰ ਕਫਿਨ। ਕਫਿਨ ਕੀ ਹੁੰਦਾ? ਉਹ ਵਾਲੀ ਥਾਂ ਜਿਹਦੇ, ਜਾਂ ਉਹ ਵਾਲੀ ਇੱਕ ਤੁਸੀਂ ਕਹਿ ਸਕਦੇ ਹੋ ਬਾਕਸ ਜਿਹਦੇ ਵਿੱਚ ਡੈਡ ਬੋਡੀ ਪਾਈ ਜਾਂਦੀ ਹੈ। ਕ੍ਰੈਡਲ ਹੁੰਦਾ ਹੈ ਬੱਚੇ ਦਾ ਝੂਲਾ, ਜਿਹਦਾ ਬੈੱਡ ਹੁੰਦਾ ਜਿਹਦੇ ਤੇ ਬੱਚੇ ਨੂੰ ਪਾਇਆ ਜਾਂਦਾ ਜਦੋਂ ਛੋਟਾ ਹੁੰਦਾ, ਝੂਲੇ ਦਿੱਤੇ ਜਾਂਦੇ ਨੇ ਉਹਨੂੰ ਆਪਾਂ ਕ੍ਰੈਡਲ ਕਹਿੰਦੇ ਹਾਂ। ਤੇ ਉਵੇਂ ਹੀ ਹੋਮ ਸਟੇਡ ਦਾ ਮਤਲਬ ਹੁੰਦਾ ਹੈ ਇੱਕ ਘਰ ਜਿਹੜਾ ਹੈਗਾ ਜੋ ਇੱਕ ਫਾਰਮ ਹਾਊਸ ਦਾ ਕੰਮ ਕਰਦਾ ਹੈ ਨਾ, ਘਰ, ਜਾਂ ਤੁਸੀਂ ਕਹਿ ਸਕਦੇ ਹੋ ਇੱਕ ਤਰੀਕੇ ਨਾਲ ਜਿਹਦੇ ਆਲੇ ਦੁਆਲੇ ਜ਼ਮੀਨ ਹੁੰਦੀ ਹੈ, ਤੇ ਤੁਸੀਂ ਇਹਨੂੰ ਕਹਿ ਸਕਦੇ ਹੋ ਖਾਸ ਤੌਰ ਤੇ ਇੱਕ ਫਾਰਮ ਦੇ ਵਿੱਚ ਘਰ ਜਿਹੜਾ ਹੈਗਾ ਉਹਦੀ ਗੱਲ ਕੀਤੀ ਗਈ ਹੈ। ਤੇ ਇਹਨਾਂ ਸਤਰਾਂ ਦੇ ਵਿੱਚ ਹੁਣ ਕਵੀ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ? ਉਹ ਇਹ ਕਹਿ ਰਹੇ ਨੇ ਕਿ ਦਰਖਤ ਇਹ ਦਰਸਾਉਂਦਾ ਰਹਿੰਦਾ ਹੈ ਕਿ ਇਹ ਮਨੁੱਖਤਾ ਲਈ ਕਿੰਨਾ ਲਾਭਕਾਰੀ ਹੈਗਾ। ਹਲ ਦੀ ਵਰਤੋਂ ਮਨੁੱਖਾਂ ਦੁਆਰਾ ਸਾਡੀਆਂ ਫਸਲਾਂ ਨੂੰ ਕੱਟਣ ਦੇ ਲਈ ਕੀਤੀ ਜਾਂਦੀ ਹੈ, ਅਤੇ ਜਦੋਂ ਬਲੇਡ ਜਿਹੜਾ ਹੈਗਾ ਉਹ ਮੈਟਲ ਦਾ ਬਣਿਆ ਹੁੰਦਾ ਹੈ, ਠੀਕ ਹੈ, ਇਹ ਜਿਹੜਾ ਹੈਗਾ ਮੈਟਲ ਦਾ ਬਲੇਡ ਹੁੰਦਾ ਬਣਿਆ ਹੋਇਆ, ਪਰ ਜਿਹੜਾ ਹੈਂਡਲ ਹੈਗਾ ਇਹਦਾ, ਠੀਕ ਹੈ, ਉਹ ਵੁੱਡ ਦਾ, ਲੱਕੜ ਦਾ ਬਣਿਆ ਹੁੰਦਾ ਹੈ, ਠੀਕ ਹੈ। ਸਾਡੇ ਘਰਾਂ ਦੇ ਐਂਟਰੈਂਸ ਦੁਆਰ ਵੀ ਜਾਂ ਡੋਰ ਵੀ ਜਿਹੜੇ ਹੈਗੇ ਆ ਹੋਮ ਸਟੇਡ, ਯਾਨੀ ਘਰ ਦੇ ਤੁਸੀਂ ਕਹਿ ਸਕਦੇ ਹੋ ਜਿਹੜੇ ਡੋਰ ਹੈਗੇ ਨੇ, ਦਰਵਾਜ਼ੇ ਹੈਗੇ ਨੇ, ਉਹ ਵੀ ਸਿਮਿਲਰਲੀ ਆਪਾਂ ਕਹਿ ਸਕਦੇ ਹਾਂ ਲੱਕੜ ਦੇ ਹੀ ਬਣੇ ਹੁੰਦੇ ਹਨ। ਉਹ ਪੰਗੂੜਾ ਜਿਸ ਵਿੱਚ ਅਸੀਂ ਮਤਲਬ ਆਪਾਂ ਕਹਿ ਸਕਦੇ ਹਾਂ ਅਸੀਂ ਆਪਣੇ ਸਭ ਤੋਂ ਪਿਆਰੇ ਪਰਿਵਾਰਕ ਮੈਂਬਰਾਂ, ਖਾਸ ਤੌਰ ਤੇ ਸਾਡੇ ਬੱਚਿਆਂ ਨੂੰ ਰੱਖਦੇ ਹਾਂ, ਉਹ ਵੀ ਲੱਕੜ ਦਾ ਹੀ ਬਣਿਆ ਹੁੰਦਾ ਹੈ। ਤੇ ਜਦੋਂ ਸਾਡੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਤਾਂ ਸਾਨੂੰ ਤਾਬੂਤ ਜਾਂ ਕਫਿਨ ਵਿੱਚ ਰੱਖਿਆ ਜਾਂਦਾ ਹੈ, ਜਿਸ ਦਾ
ਬਾਹਰੀ ਕੇਸਿੰਗ ਵੀ ਲੱਕੜ ਦਾ ਬਣਾਇਆ ਜਾਂਦਾ ਹੈ, ਜੋ ਸਾਨੂੰ ਕਿੱਥੋਂ ਮਿਲਦੀ ਹੈ? ਰੁੱਖ ਤੋਂ। ਤੇ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਵੀ ਸਾਨੂੰ ਲੱਕੜ ਦੀ ਲੋੜ ਹੁੰਦੀ ਹੈ। ਅੱਗੇ ਲਾਸਟ ਸਟੈਂਜ਼ਾ ਜਿਹੜਾ ਹੈਗਾ ਉਹਨੂੰ ਵੀ ਆਪਾਂ ਪੜ੍ਹ ਲੈਂਦੇ ਹਾਂ, ਇੱਥੋਂ ਲੈ ਕੇ ਇੱਥੇ ਤੱਕ। I am the bread of kindness and the flower of beauty. Ye who pass by, listen to my prayer, harm me not. ਮੈਨੂੰ ਨੁਕਸਾਨ ਨਾ ਪਹੁੰਚਾਓ। ਤੇ ਜਿਹੜੇ ਰੁੱਖ ਹੈਗੇ ਨੇ ਉਹ ਇਸ ਕਵਿਤਾ ਵਿੱਚ ਇਹ ਦਰਸਾਉਂਦਾ ਹੈ ਕਿ ਇਹ ਫ੍ਰੈਂਡਲੀ ਤੇ ਬਿਊਟੀਫੁਲ ਹੈਗਾ ਹੈ। ਇਹ ਮਨੁੱਖ ਜਾਤੀ ਦੇ ਬਚਾਅ ਲਈ ਫਿਊਲ ਪ੍ਰੋਵਾਈਡ ਕਰਦਾ ਹੈ, ਬਾਲਣ ਦਾ ਕੰਮ ਕਰਦਾ ਹੈਗਾ ਹੈ। ਤੇ ਇਹ ਤਿਉਹਾਰਾਂ ਜਾਂ ਧਾਰਮਿਕ ਰਸਮਾਂ ਲਈ ਸਾਡੇ ਘਰਾਂ ਨੂੰ ਸਜਾਉਣ ਲਈ ਵਰਤਣ ਲਈ ਫੁੱਲ ਵੀ ਪ੍ਰਦਾਨ ਕਰਦਾ ਹੈ। ਤੇ ਨਤੀਜੇ ਪੱਖੋਂ ਰੁੱਖ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਵਿਸ਼ੇਸ਼ਤਾਵਾਂ ਹਨ ਜੋ ਦਰਖਤ ਮਹਿਸੂਸ ਕਰਦੇ ਹਨ, ਯਾਤਰੀਆਂ ਦੁਆਰਾ ਉਹਦੀ ਕਦਰ ਕੀਤੀ ਜਾਂਦੀ ਹੈ। ਨਤੀਜੇ ਵਜੋਂ ਇਹ ਟਰੈਵਲਰਸ ਨੂੰ ਇਸ ਨੂੰ ਨਾ ਕੱਟਣ ਲਈ ਕਹਿੰਦਾ ਹੈ ਵੀ ਸਾਨੂੰ ਨਾ ਵੱਢੋ, ਸਾਨੂੰ ਰਹਿਣ ਦਿਓ, ਸਾਨੂੰ ਨੁਕਸਾਨ ਨਾ ਪਹੁੰਚਾਓ। ਠੀਕ ਹੈ ਜੀ, ਤੇ ਇਹ ਸੀਗੀ ਚੈਪਟਰ ਜਾਂ ਆਪਾਂ ਕਹਿ ਸਕਦੇ ਹਾਂ ਪੋਇਮ ਦੀ ਸਮਰੀ, ਜੋ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਡਿਸਕਸ ਕਰਕੇ ਦੱਸਤਾ। ਹੁਣ ਮੈਂ ਤੁਹਾਨੂੰ ਕੁਝ ਜਿਹੜੇ ਫਿਗਰ ਆਫ ਸਪੀਚ ਹੈਗੇ ਨੇ ਜੋ ਪੋਇਮ ਵਿੱਚ ਯੂਜ ਹੁੰਦੇ ਨੇ ਉਹਨਾਂ ਬਾਰੇ ਚਰਚਾ ਕਰਨੀ ਚਾਹੁੰਦੀ ਹਾਂ। ਜਿਹੜਾ ਜਿਵੇਂ ਸਭ ਤੋਂ ਪਹਿਲਾਂ ਹੈਗਾ ਐਲੀਟਰੇਸ਼ਨ। ਹੁਣ ਐਲੀਟਰੇਸ਼ਨ ਦਾ ਬੇਸਿਕ ਮਤਲਬ ਕੀ ਹੈਗਾ ਉਹ ਸਮਝਦੇ ਹਾਂ। ਜਿਵੇਂ ਮੈਂ ਇੱਥੇ ਲਿਖਦੀ ਹਾਂ ਐਲੀਟਰੇਸ਼ਨ ਕੀ ਹੁੰਦਾ ਹੈ, ਜਦ ਤੁਹਾਨੂੰ ਆਪਾਂ ਇਹ ਕਹਿ ਸਕਦੇ ਹਾਂ ਦੋ ਸਿੰਪਲ ਸ਼ਬਦਾਂ ਦੇ ਵਿੱਚ ਜਾਂ ਦੋ ਤੋਂ ਜ਼ਿਆਦਾ ਵਰਡਸ ਮੋਰ ਵਰਡਸ ਦੇ ਵਿੱਚ ਬਿਗਨਿੰਗ ਦੇ ਵਿੱਚ ਬਿਗਿਨ ਕਰਦੇ ਨੇ ਉਹ ਸੇਮ ਸਾਊਂਡ ਦੇ ਨਾਲ, ਦੋ ਜਾਂ ਦੋ ਤੋਂ ਜ਼ਿਆਦਾ ਵਰਡਸ ਸਟਾਰਟ ਹੁੰਦੇ ਨੇ ਸੇਮ ਸਾਊਂਡ ਤੋਂ, ਉਹਨੂੰ ਆਪਾਂ ਕਹਿੰਦੇ ਹਾਂ ਐਲੀਟਰੇਸ਼ਨ। ਜਿਵੇਂ ਸਿੰਪਲ ਜਿਹਾ ਤੁਹਾਨੂੰ ਐਗਜ਼ਾਮਪਲ ਦਵਾਂ, ਲਿਲੀ ਰਿਸੀਵਡ ਫੈਂਸੀ ਫਲਾਵਰਸ। ਫ ਫ ਦੀ ਆਵਾਜ਼ ਆ ਰਹੀ ਹੈ ਇੱਥੇ, ਸਾਊਂਡ ਕਿਹਾ ਮੈਂ, ਲੈਟਰ ਨਹੀਂ ਕਿਹਾ, ਸਾਊਂਡ ਫ ਫ ਦੀ ਆਵਾਜ਼ ਆ ਰਹੀ ਹੈ। ਉਵੇਂ ਹੀ ਗ੍ਰੀਨ ਗਰਾਸ ਗ੍ਰੀਊ, ਅੱਗੇ ਜੋ ਲਿਖਣਾ ਲਿਖ ਦੋ, ਜ਼ਰੂਰੀ ਨਹੀਂ ਹੈ ਇਕੱਠੇ ਇਕੱਠੇ ਆਉਣ, ਥੋੜ੍ਹੇ ਵਰਡਸ ਤੋਂ ਬਾਅਦ ਵੀ ਆ ਸਕਦੇ ਆ। ਗ ਗ ਗ ਦੀ ਆਵਾਜ਼ ਆ ਰਹੀ ਹੈ, ਸਾਊਂਡ ਕਿਹੜੀ ਹੈ ਗ ਦੀ, ਉਹਨੂੰ ਆਪਾਂ ਕੀ ਕਹਿੰਦੇ ਹਾਂ ਇੱਦਾਂ ਦੀ ਲਾਈਨ ਦੇ ਵਿੱਚ ਐਲੀਟਰੇਸ਼ਨ ਕਿਹਾ ਜਾਂਦਾ ਹੈ। ਜਿਵੇਂ ਹੁਣ ਇੱਥੇ ਦੱਸਿਆ ਗਿਆ ਲੈਂਡਸਕੇਪ, ਲ ਲ ਲ ਆ ਰਹੀ ਆਵਾਜ਼, ਉਵੇਂ ਹੀ ਸ ਸ ਸ ਸ ਆਵਾਜ਼ ਆ ਰਹੀ ਹੈ। ਇਹ ਸਾਰੇ ਜਿਹੜੀ ਆਵਾਜ਼ ਆ ਰਹੀ ਹੈ ਸੇਮ ਸਾਊਂਡ ਜਿਹੜੀ ਆ ਰਹੀ ਹੈ, ਜਨਰਲੀ ਕੌਨਸੋਨੈਂਟ ਦੀ ਆਵਾਜ਼ ਆ ਰਹੀ ਹੈ ਜਿਹਨੂੰ ਆਪਾਂ ਵੋਵਲ ਛੱਡ ਕੇ ਜਿਹੜੇ ਲੈਟਰਸ ਹੁੰਦੇ ਆ ਉਹ ਕਹਿੰਦੇ ਨੇ, ਉਹਨਾਂ ਨੂੰ ਆਪਾਂ ਐਲੀਟਰੇਸ਼ਨ ਕਹਿੰਦੇ ਹਾਂ। ਤੁਸੀਂ ਵੀ ਇੱਕ ਅੱਧਾ ਐਗਜ਼ਾਮਪਲ ਜੇ ਤੁਹਾਡੇ ਦਿਮਾਗ 'ਚ ਕੋਈ ਹੈਗਾ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਉਵੇਂ ਹੀ ਆਪਾਂ ਗੱਲ ਕਰਦੇ ਹਾਂ ਸਿਮਿਲੀ ਦੀ, ਜਿਹੜੀ ਇੱਥੇ ਦੱਸੀ ਗਈ ਹੈ। ਸਿਮਿਲੀ ਤੇ ਮੈਟਾਫਰ ਦੇ ਵਿੱਚ ਕੀ ਫ਼ਰਕ ਹੈ ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ ਸਿਮਿਲੀ ਹੁੰਦਾ ਹੈ ਜਦ ਦੋ ਚੀਜ਼ਾਂ ਦੇ ਵਿੱਚ ਕੰਪੈਰੀਜ਼ਨ ਤੁਲਨਾ ਕੀਤੀ ਜਾਂਦੀ ਹੈ, ਜਾਂ ਤਾਂ ਉਹਦੇ ਵਿੱਚ ਤੁਸੀਂ ਐਜ਼ ਦੀ ਵਰਤੋਂ ਕਰਦੇ ਹੋ ਜਾਂ ਲਾਈਕ ਸ਼ਬਦ ਯੂਜ਼ ਕਰਦੇ ਹੋ। ਜਿਵੇਂ ਇੱਕ ਸਿੰਪਲ ਜਿਹਾ ਐਗਜ਼ਾਮਪਲ ਦਵਾਂ, ਐਜ਼ ਸਵੀਟ ਐਜ਼ ਹਨੀ, ਕਿਹਦੇ ਵਾਂਗ ਮਿੱਠਾ, ਐਜ਼ ਯੂਜ਼ ਕੀਤਾ ਹੈ, ਹਨੀ ਵਾਂਗ ਮਿੱਠਾ। ਠੀਕ ਹੈ, ਜਾਂ ਮੈਂ ਜੇ ਲਾਈਕ ਯੂਜ਼ ਕਰਨਾ ਹੈ ਤਾਂ ਮੈਂ ਕਹਾਂਗੀ ਹਰ ਸਮਾਈਲ ਇਜ਼ ਬ੍ਰਾਈਟ ਲਾਈਕ ਦ ਸਨ, ਜਿੰਨਾ ਸਨ ਬ੍ਰਾਈਟ ਹੈਗਾ ਉਨੀ ਹੀ ਉਹਦੀ ਸਮਾਈਲ ਜਿਹੜੀ ਹੈ ਉਹ ਬ੍ਰਾਈਟ ਹੈਗੀ ਹੈ। ਇੱਥੇ ਲਾਈਕ ਦਾ ਯੂਜ਼ ਕੀਤਾ, ਦੋ ਚੀਜ਼ਾਂ ਦੀ ਤੁਲਨਾ ਕੀਤੀ ਹੈ ਪਰ ਐਜ਼ ਜਾਂ ਲਾਈਕ ਦੀ ਵਰਤੋਂ ਕਰਕੇ, ਠੀਕ ਹੈ, ਉਹਨੂੰ ਆਪਾਂ ਸਿਮਿਲੀ ਕਹਿੰਦੇ ਹਾਂ।
ਦੋ ਅਲੱਗ ਅਲੱਗ ਚੀਜ਼ਾਂ ਐਕਸ਼ਨਸ ਫੀਲਿੰਗਸ ਦੀ ਜਦ ਆਪਾਂ ਤੁਲਨਾ ਕਰਦੇ ਹਾਂ ਤੇ ਉਹਦੇ ਵਿੱਚ ਐਜ਼ ਜਾਂ ਲਾਈਕ ਵਰਤਿਆ ਜਾਂਦਾ ਹੈ ਉਹਨੂੰ ਆਪਾਂ ਸਿਮਿਲੀ ਕਹਿੰਦੇ ਹਾਂ। ਆਈ ਵੰਡਰਡ ਲੋਨਲੀ ਐਜ਼ ਅ ਕਲਾਊਡ। ਹੁਣ ਗੱਲ ਕਰਦੇ ਹਾਂ ਮੈਟਾਫਰ ਕੀ ਹੁੰਦਾ ਹੈ। ਇਹਦੇ ਵਿੱਚ ਵੀ ਕੰਪੈਰੀਜ਼ਨ ਹੁੰਦਾ ਹੈ ਦੋ ਅਲੱਗ ਅਲੱਗ ਚੀਜ਼ਾਂ ਦੇ ਵਿੱਚ, ਠੀਕ ਹੈ। ਦੋ ਅਲੱਗ ਅਲੱਗ ਚੀਜ਼ਾਂ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕੰਪੈਰੀਜ਼ਨ ਇਨ ਦ ਸੈਂਸ, ਤੁਸੀਂ ਕਹੋਗੇ ਇਹ ਜਿਹੜੀ ਚੀਜ਼ ਹੈ ਇਜ਼ something else, ਠੀਕ ਹੈ। ਜਿਵੇਂ ਮੈਂ ਕਹਾਂ he is as brave as a lion, as use ਕੀਤਾ ਹੈ, ਤੁਲਨਾ ਕੀਤੀ ਹੈ ਕਿ ਉਹ ਸ਼ੇਰ ਵਾਂਗ brave ਹੈਗਾ, ਤੇ simile ਹੋ ਗਿਆ। ਜੇ ਮੈਂ ਕਹਾਂ he is a lion, ਉਹ ਇੱਕ ਸ਼ੇਰ ਹੈ, something, ਇਹ ਕੋਈ ਚੀਜ਼ ਕਿਹਦੇ ਵਰਗੀ ਹੈ, ਦੂਜੀ ਚੀਜ਼ ਵਰਗੀ, lion ਵਰਗੀ, ਸਮਝ ਰਹੇ ਹੋ। ਜੇ ਮੈਂ ਕਹਾਂ time is money, ਤਾਂ time ਕਿਹਦੇ ਵਰਗਾ ਹੈ, ਇਹ ਚੀਜ਼ ਕਿਹਦੇ ਵਰਗੀ ਹੈ, money ਵਰਗੀ, ਹੈ ਨਾ। ਇੱਕ ਐਗਜ਼ਾਮਪਲ ਹੋ ਗਿਆ। ਉਵੇਂ ਹੀ ਦੈਟ ਮੈਨ ਇਜ਼ ਲਾਈਕ ਐਨ ਏਂਜਲ, ਉਹ ਬੰਦਾ ਏਂਜਲ ਵਰਗਾ ਹੈ, ਠੀਕ ਹੈ। ਇਜ਼ ਲਾਈਕ, ਲਾਈਕ ਯੂਜ਼ ਹੋਇਆ ਸਿਮਿਲੀ। ਜੇ ਮੈਂ ਕਹਾਂ ਦੈਟ ਮੈਨ ਇਜ਼ ਐਨ ਏਂਜਲ, ਇਹ ਬੰਦਾ ਇੱਕ ਏਂਜਲ ਹੈਗਾ, ਮੈਟਾਫਰ ਯੂਜ਼ ਹੋ ਗਿਆ। ਇੱਕ ਐਗਜ਼ਾਮਪਲ ਤੁਸੀਂ ਮੈਨੂੰ ਮੈਟਾਫਰ ਦਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਹੁਣ ਗੱਲ ਕਰਦੇ ਹਾਂ ਸਭ ਤੋਂ ਇੰਪੋਰਟੈਂਟ ਟੌਪਿਕ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਪਰਸੋਨੀਫਿਕੇਸ਼ਨ। ਇਹ ਅਕਸਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਪਰਸੋਨੀਫਿਕੇਸ਼ਨ ਕੀ ਹੈ। ਮੈਂ ਇਦਾਂ ਯਾਦ ਕੀਤਾ ਹੋਇਆ ਵੀ ਜਦ ਕਿਸੇ ਵੀ ਚੀਜ਼ ਨੂੰ ਤੁਸੀਂ ਇੱਕ ਪਰਸਨ ਵਾਂਗ ਟ੍ਰੀਟ ਕਰਦੇ ਹੋ ਜਾਂ ਹਿਊਮਨ ਕੈਰੇਕਟਰਿਸਟਿਕ ਦੇ ਦਿੰਦੇ ਹੋ, ਉਹਨੂੰ ਆਪਾਂ ਪਰਸੋਨੀਫਿਕੇਸ਼ਨ ਕਹਿੰਦੇ ਹਾਂ। ਜਿਵੇਂ ਐਗਜ਼ਾਮਪਲ ਤੁਹਾਨੂੰ ਸਿੰਪਲ ਜਿਹਾ ਦਵਾਂ, ਦ ਸਨ ਇਜ਼ ਸਮਾਈਲਿੰਗ ਐਟ ਅਸ। ਹੁਣ ਸਨ ਤਾਂ ਸਮਾਈਲ ਨਹੀਂ ਨਾ ਕਰ ਸਕਦਾ, ਇਨਸਾਨ ਸਮਾਈਲ ਕਰਦਾ ਹੈ ਨਾ, ਤਾਂ ਤੁਸੀਂ ਸਨ ਨੂੰ ਕਿਹੜਾ ਕੈਰੇਕਟਰਿਸਟਿਕ ਟ੍ਰੇਟ ਦਿੱਤਾ ਹੈ, ਇਨਸਾਨ ਦਾ ਟ੍ਰੇਟ ਦਿੱਤਾ ਹੈ ਨਾ, ਤੇ ਆਪਾਂ ਕਹਿ ਸਕਦੇ ਹਾਂ ਵੀ ਇੱਥੇ ਪਰਸੋਨੀਫਿਕੇਸ਼ਨ ਯੂਜ਼ ਕੀਤਾ ਗਿਆ। ਜਾਂ ਇੱਕ ਹੋਰ ਐਗਜ਼ਾਮਪਲ ਦਵਾਂ, ਦ ਟ੍ਰੀਜ਼ ਡਾਂਸਡ। ਹੁਣ ਐਕਚੁਅਲੀ ਟ੍ਰੀਜ਼ ਡਾਂਸ ਕਰ ਸਕਦੇ ਨੇ, ਨਹੀਂ ਕਰ ਸਕਦੇ ਨੇ। ਕੌਣ ਡਾਂਸ ਕਰਦਾ ਹੈ, ਇਨਸਾਨ। ਪਰ ਟ੍ਰੀਜ਼ ਨੂੰ ਤੁਸੀਂ ਇੱਕ ਚੀਜ਼ ਨੂੰ, ਟ੍ਰੀਜ਼ ਨੂੰ, ਲਾਈਫਲੈਸ ਚੀਜ਼ ਨੂੰ ਇੱਕ ਹਿਊਮਨ ਕੈਰੇਕਟਰਿਸਟਿਕ ਦਿੱਤਾ ਹੈ, ਤਾਂ ਆਪਾਂ ਕਹਿ ਸਕਦੇ ਹਾਂ ਇੱਥੇ ਪਰਸੋਨੀਫਿਕੇਸ਼ਨ ਦਾ ਯੂਜ਼ ਕੀਤਾ ਗਿਆ। ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿ ਦਿੰਦੀ ਹਾਂ, ਜਿਵੇਂ ਮੈਂ ਕਹਾਂ ਦ ਲੀਵਸ, ਪੱਤੇ ਜਿਹੜੇ ਹੈਗੇ ਨੇ, ਲੀਵਸ ਡਾਂਸਡ। ਪੱਤੇ ਡਾਂਸ ਕਰ ਸਕਦੇ ਨੇ, ਨਹੀਂ। ਇਨਸਾਨ ਡਾਂਸ ਕਰਦੇ ਨੇ ਨਾ, ਤਾਂ ਇਹਦੇ ਵਿੱਚ ਐਗਜ਼ਾਮਪਲ ਜਿਹੜਾ ਹੈ ਪਰਸੋਨੀਫਿਕੇਸ਼ਨ ਦਾ ਹੈ। ਉਵੇਂ ਹੀ ਇੱਕ ਹੋਰ ਦੇ ਦਿੰਦੀ ਹਾਂ, ਦ ਸਟਾਰਸ ਵਿੰਗਡ, ਅੱਖ ਮਾਰੀ ਉਹਨਾਂ ਨੇ ਐਟਮੀ। ਹੁਣ ਉਹ ਚਮਕ ਰਹੇ ਸੀ, ਵਿੰਗ ਕੌਣ ਕਰਦਾ, ਅੱਖ ਕੌਣ ਮਾਰਦਾ, ਇਨਸਾਨ ਮਾਰਦਾ ਹੈ ਨਾ, ਤੇ ਇੱਥੇ ਵੀ ਪਰਸੋਨੀਫਿਕੇਸ਼ਨ ਦਾ ਯੂਜ਼ ਕੀਤਾ ਗਿਆ। ਕੋਈ ਆਈਡੀਆ, ਕੋਈ ਐਨੀਮਲ ਨੂੰ ਵੀ ਜੇ ਆਪਾਂ ਇਨਸਾਨ ਵਰਗਾ ਟ੍ਰੇਟ ਦੇ ਦਈਏ, ਤਾਂ ਉਹ ਵੀ ਕੀ ਹੋ ਜਾਂਦਾ ਹੈ, ਪਰਸੋਨੀਫਿਕੇਸ਼ਨ ਦਾ ਹੀ ਐਗਜ਼ਾਮਪਲ ਆ ਜਾਂਦਾ ਹੈ, ਠੀਕ ਹੈ ਜੀ। ਤੇ ਇਹ ਸੀ ਕਿ ਅੱਜ ਦੀ ਕਲਾਸ। ਮੈਂ ਉਮੀਦ ਕਰ ਰਹੀ ਹਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਹੋਰ ਐਗਜ਼ਾਮਪਲ ਜ਼ਰੂਰ ਦਿਓਗੇ ਇਹਨਾਂ ਚਾਰਾਂ ਦੇ, ਪਰਸੋਨੀਫਿਕੇਸ਼ਨ, ਸਿਮਿਲੀ, ਮੈਟਾਫਰ ਤੇ ਅਲਿਟਰੇਸ਼ਨ ਦੇ। ਜੇ ਤੁਹਾਨੂੰ ਸਮਝ ਆ ਗਈ ਹੈ ਪੋਇਮ, ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।